आज इधर को सेट कर डब्बा गड्डी मैं पहला तो आपके नगर निवासियों का बहुत तय दिनों धन्यवाद करदा जिन्होंने बहुत भरोसा किया एड्डी वड्डी जित दवाई तो असी उन्होंने भी आसा से खरे उतर सकीए। मैं इन्ना क परमात्मा अगे भी अरदास करदा तो जिनी भी लीड अज तक साढ़े पिंड नगर च कदे नहीं हुई किसी की जिनी उन्होंने लीड ना सानू जिताया तो असी सारे जिन्हें भी पंचायत मैंबर ने मेरे नाल ते असी आप खुद रल के जिन्ना भी पिंड दे विच विकास हो सकिया ते जिहड़ियां लोड़ दियां चीज़ां ने उन्हां नूं पूरियां कर सकीए जिहड़े लोड़वंद जिहड़ियां सरकार दियां स्कीमां ने भी उह लोड़वंदां तक पहुँच सकन इस लिए असी वचनबद्ध हां जी। की मेन जिहड़ी हैगी समस्या की है पिंड दी? मेन समस्या तां जी साडे पिंड दे विच नशा है ते असी उस नशे दे खिलाफ जिन्ने जोगे भी हाँ ते उहदे खिलाफ लड़ांगे। दूसरी पिंड की तरक्की वास्ते बच्चों लिए ग्राउंड ग्राउंड की बहुत कमी है ते नाल ही साढ़े उरे एक वधिया लाइब्रेरी ते स्कूल असी अपडेट अपग्रेड कराने लिए असी जिस हद तक भी जा सके उस हद तक जाके वह करवावांगे। होर बहुत लोड़ां ने की गणाइए बहुत लोड़ां ने पर जिस हद तक खरे उतर सके असी पूरे खरे उतरन की कोशिश करांगे। किन्ने वादे है जी टोटल साढ़े इत्थे जी हुण जिहड़ा वोट सीगी उह 950 दे करीब वोट है ते जिहदे विचों कल 818 वोटां भुगतियां ने जी। ਤੁਹਾਨੂੰ ਕਿੰਨੀ ਵੋਟ ਮਿਲੀ? ਆਪਾਂ ਨੂੰ ਜੀ 395 ਵੋਟਾਂ 'ਤੇ ਲੀਡ ਹੋਈ ਹੈ ਜੀ ਸਾਰੇ ਗੱਲ 'ਤੇ ਵੀ ਬਹੁਤ ਧੰਨਵਾਦ ਕਰਦੇ ਹਾਂ ਨਗਰ ਵਾਸੀਆਂ ਦਾ ਵੀ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਜੀ। ਫੁੱਲਾਂ ਦੀ ਵਰਖਾ ਕਰ ਰਹੇ ਹੋ? ਬਹੁਤ ਜ਼ਿਆਦਾ ਵਧੀਆ। ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦਾ। ਕੀ ਉਮੀਦਾਂ ਨੇ ਇਹਨਾਂ ਤੋਂ ਜਿਵੇਂ ਆਉਣ ਵਾਲੇ ਸਮੇਂ 'ਚ? ਬਸ ਸਾਡਾ ਭਵਿੱਖ ਜ਼ਿਆਦਾ ਵਧੀਆ ਹੋਵੇ। ਚੋ ਪੂਰਾ ਹੈ ਗਿਆ? ਹਾਂਜੀ। ਇਹ ਬੱਚੀ ਇੰਨੀ ਹੋਣਹਾਰ ਹੈ ਜੀ 10th 'ਚ ਹੈ ਜਦੋਂ ਇਹ ਆਈ ਮੇਰੇ ਕੋਲ ਅਸੀਂ ਇਕੱਠੇ ਹੋਏ ਗੱਲਾਂ ਕਰਦੇ ਇਹਨੇ ਇੱਕ ਹੀ ਗੱਲ ਕਹੀ ਕਹਿੰਦੀ ਅੰਕਲ ਵੀ ਮੈਨੂੰ ਆਪਣੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਵੀ ਜ਼ਰੂਰ ਹੋਣੀ ਚਾਹੀਦੀ ਹੈ। ਪੜ੍ਹਨ ਨੂੰ ਬਹੁਤ ਹੁਸ਼ਿਆਰ ਹੈ ਬਹੁਤ ਸਿਆਣਾ ਬੱਚਾ ਹੈ ਜੀ ਬਹੁਤ ਵਧੀਆ ਲੱਗਿਆ ਵੀ ਜਿਹੜੇ ਸਾਡੇ ਬੱਚਿਆਂ ਦੀ ਸੋਚ ਹੈ ਬਹੁਤ ਚੰਗੀ ਹੈ ਇਸ ਗੱਲ ਦੇ ਵਿੱਚ ਪੂਰੀ ਹੋਊਗੀ ਜੀ। ਇਸੇ ਵਾਸਤੇ ਅਸੀਂ ਇਸ ਫੀਲਡ 'ਚ ਆਏ ਹਾਂ ਸਾਰੇ ਰਲ ਕੇ ਨਗਰ ਲੇਵਲ ਜਿਹੜੇ ਵੀ ਉਹਨਾਂ ਨੂੰ ਵਾਅਦੇ ਜੇ ਅਸੀਂ ਕੀਤੇ ਨੇ ਵੀ ਪੂਰੇ ਖਰੇ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਖਰੇ ਉੱਤਰ ਸਕੀਏ। ਬੇਟੇ ਕੀ ਵਾਅਦਾ ਕੀਤਾ ਸੀ ਸਮਾਤਾਂ ਨੂੰ ਤੁਸੀਂ? ਲਾਇਬ੍ਰੇਰੀ ਲਈ ਕੀਤਾ ਸੀ। ਕੀ ਲੋੜ ਹੈ ਲਾਇਬ੍ਰੇਰੀ ਦੇ ਇੱਥੇ? ਲਾਇਬ੍ਰੇਰੀ ਦੀ ਲੋੜ ਹੈ ਬੁੱਕਸ ਪੜ੍ਹਨ ਨੂੰ ਮਿਲਣ ਹੋਰ ਸਿੱਖੇ ਮਿਲੇ। ਹਾਂਜੀ। ਕਿਹੜੀ ਕਲਾਸ ਪੜ੍ਹਦੇ ਹੋ? 10th। ਕਿੱਥੇ? ਹਾਂਚੜੀ ਸਕੂਲ। ਇਹ ਬਸ ਐਂ ਸਮਝੋ ਵੀ ਨੇਕੀ ਦੇ ਵਧੀ ਵਾਲੀ ਗੱਲ ਹੈ ਵੀ ਸਾਡਾ ਪਿੰਡ ਭਾਗਾ ਵਾਲਾ ਦੀ ਸਾਰਿਆਂ ਨੇ ਬੜੀ ਸੋਚ ਸਮਝ ਕੇ ਤੇ ਪਰਮਾਤਮਾ ਦੀ ਮਿਹਰਬਾਨੀ ਨਾਲ ਇੱਕ ਸਾਡੇ ਨੌਜਵਾਨ ਮੁੰਡੇ ਨੂੰ ਇਹ ਸਰਦਾਰੀ ਬਖਸ਼ੀ ਹੈ। ਦੁਆ ਕਰਦੇ ਹਾਂ ਇਹ ਚੜ੍ਹਦੀ ਕਲਾ 'ਚ ਰਹੇ ਹਰ ਪਾਸਿਓਂ ਅਤੇ ਅੱਛੀ ਸੋਚ ਦਾ ਮਾਲਕ ਹੈ ਅਤੇ ਲੋਕਾਂ ਦੀਆਂ ਜਿੰਨੀਆਂ ਵੀ ਆਸਾਂ ਮੁਰਾਦਾਂ ਨਾਲ ਇਹਨੂੰ ਖੜ੍ਹਾ ਕੀਤਾ ਜਾਂ ਇਹਨੂੰ ਜਿਤਾਇਆ ਇਹ ਸਾਨੂੰ 100% ਯਕੀਨ ਹੈ ਵੀ ਉਹਨਾਂ 'ਤੇ ਪੂਰਾ ਉਤਰੂਗਾ। ਦੁਆ ਕਰਦੇ ਵੀ ਸਾਰੇ ਪਿੰਡ 'ਚ ਸੋਥਾ ਰਹੇ ਭਾਈਚਾਰਾ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।